ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਇਮੀਗ੍ਰੇਸ਼ਨ ਸੇ ਅਪਡੇਟ ਹੈ। ਅੰਟੋਰੀਓ ਹੋਲਡ ਬਿਗੈਸਟ PNB ਡਰਾ 2021 ਕਾ, ਜੋ ਐਕਸਪ੍ਰੈਸ ਐਂਟਰੀ ਕੈਂਡੀਡੇਟ ਜਿਨਕੇ ਪਾਸ ਵਰਕ ਐਕਸਪੀਰੀਅੰਸ ਹੈ, ਵਨ ਆਫ ਸਕਿੱਲ ਟੈਕਨੋਲੋਜੀ ਆਕੂਪੇਸ਼ਨ ਮੇਂ ਇਨਵਾਈਟ ਕਰਾ ਗਿਆ ਹੈ। ਜੋ ਹੈ ਯੇ 27 ਅਕਟੂਬਰ ਕੋ ਹੈ। ਅੰਟੋਰੀਓ ਜੋ ਇਨਵਾਈਟ ਕਰਾ ਹੈ 1406, ਯਾਨੀ ਕਿ 1406 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਕੋ ਵਿਦ ਏ ਪ੍ਰੋਫੈਸ਼ਨਲ ਬੈਕਗਰਾਊਂਡ ਇਨ ਟੈਕਨੋਲੋਜੀ, ਯਾਨੀ ਕਿ ਆਪਣੇ ਪਾਸ। ਤੋ ਅੰਟੋਰੀਓ ਨੇ ਇਨਵਾਈਟ ਕਰਾ ਐਕਸਪ੍ਰੈਸ ਐਂਟਰੀ ਕੈਂਡੀਡੇਟ ਹੂ ਹੈ ਐਲੀਜੀਬਲ। ਅੰਟੋਰੀਓ ਐਕਸਪ੍ਰੈਸ ਐਂਟਰੀ ਹਿਊਮਨ ਕੈਪੀਟਲ ਪ੍ਰਿਓਰਟੀ ਸਟੀਮ, ਔਰ ਯੇ ਜੋ ਹੈ ਨੀਡ ਏ ਪ੍ਰੋਫਾਈਲ ਹੈ ਐਕਸਪ੍ਰੈਸ ਐਂਟਰੀ ਸਿਸਟਮ ਕਾ, ਜਿਸਮੇਂ CR ਸਕੋਰ ਜੋ ਹੈ ਬਿਟਵੀਨ, ਜੋ CR ਸਕੋਰ ਹੈ 455 ਔਰ 467 ਕੇ ਬਿਟਵੀਨ ਹੈ। ਜੋ ਐਡੀਸ਼ਨਲ ਹੈ ਕੈਂਡੀਡੇਟ ਕੇ ਪਾਸ ਵਿਦ ਇਨ ਏ 1 ਈਅਰ ਕਾ ਐਕਸਪੀਰੀਅੰਸ ਹੋਣਾ ਚਾਹੀਏ ਵਨ ਆਫ ਦਿਸ ਐਕੂਪੇਸ਼ਨ, ਯਾਨੀ ਕਿ 6 ਆਕੂਪੇਸ਼ਨ ਹੈ, ਉਨਮੇਂ ਆਪਣੇ ਪਾਸ ਟੈਕਨੋਲੋਜੀ ਕੇ ਆਕੂਪੇਸ਼ਨ ਹੈ, ਉਨਮੇਂ ਆਪਣੇ ਪਾਸ ਐਕਸਪੀਰੀਅੰਸ ਹੋਣਾ ਚਾਹੀਏ ਅਗਰ ਆਪਣੇ ਪਾਸ ਉਹ 1 ਈਅਰ। ਫਸਟ ਹੈ ਕੰਪਿਊਟਰ ਇਨਫੋਰਮੇਸ਼ਨ ਸਿਸਟਮ ਮੈਨੇਜਮੈਂਟ, NOC ਕੋਡ ਹੈ 0213। ਕੰਪਿਊਟਰ ਇੰਜੀਨੀਅਰ, NOC ਕੋਡ ਹੈ 2147। ਡਾਟਾਬੇਸ ਐਨਾਲਾਈਜ਼ਡ ਐਂਡ ਡਾਟਾ ਐਡਮਿਨਿਸਟ੍ਰੇਸ਼ਨ, NOC ਕੋਡ ਹੈ 2172। ਸੋਫਟਵੇਅਰ ਇੰਜੀਨੀਅਰ ਐਂਡ ਡਿਜ਼ਾਇਨਰ, NOC ਕੋਡ ਹੈ 2173। ਕੰਪਿਊਟਰ ਪ੍ਰੋਗਰਾਮ ਇੰਟਰ ਐਕਟੀਵਿਟੀ ਜੋ ਹੈ ਮੀਡੀਆ ਡਿਵਲਪਮੈਂਟ, NOC ਕੋਡ ਹੈ 2174। ਔਰ ਇਹ ਹੈ ਵੈਬ ਡਿਜ਼ਾਇਨਰ ਐਂਡ ਡਿਵਲਪਰ, NOC ਕੋਡ ਹੈ 2175। ਤੋ ਇਹ ਹੈ ਅੰਟੋਰੀਓ ਇਮੀਗ੍ਰੇਟ ਨੋਮੀਨੇਟ ਪ੍ਰੋਗਰਾਮ। ਆਪਣੇ ਇਹ ਜੋ 6 ਸਕਿੱਲਸ ਬਤਾਈ ਹੈ, ਇਨਮੇਂ ਆਪਣੇ ਪਾਸ ਐਕਸਪੀਰੀਅੰਸ ਹੋਣਾ ਚਾਹੀਏ। ਅਗਰ ਇਨਮੇਂ ਸੇ ਕਿਸੀ ਮੇਂ ਆਪਣੇ ਪਾਸ ਐਕਸਪੀਰੀਅੰਸ ਨਹੀਂ ਹੈ, ਤੋ ਆਪ ਇਹ ਅਪਲਾਈ ਨਹੀਂ ਕਰ ਸਕਦੇ ਹੈ। ਆਲਸੋ ਕੈਂਡੀਡੇਟ ਕੋ ਜੋ ਉਨਕੀ ਫੋਰਨ ਐਜੂਕੇਸ਼ਨ ਹੈ, ਉਸਕੀ EC ਹੋਈ ਹੋਈ ਹੋਣੀ ਚਾਹੀਏ, ਉਹ ਵੈਰੀਫਾਈ ਹੋਣੀ ਚਾਹੀਏ, ਕੈਨੇਡਾ ਇਕੁਇਵਲੈਂਟ ਹੋਣੀ ਚਾਹੀਏ, ਤੋ ਬੈਚਲਰ ਔਰ ਹਾਇਰ ਸਟੱਡੀ ਹੋਣੀ ਚਾਹੀਏ। ਯਾਨੀ ਕਿ ਆਪਣੇ ਅਗਰ ਸਪੋਜ਼ ਕਰੋ ਮਾਸਟਰ ਆਫ ਕੰਪਿਊਟਰ ਕਰੀ ਵੀ ਹੈ, MSc ਕਰੀ ਵੀ ਹੈ, BSc ਕਰੀ ਵੀ ਹੈ ਕੰਪਿਊਟਰ ਸਾਇੰਸ ਮੇਂ, ਔਰ ਉਹ ਕੈਨੇਡਾ ਮੇਂ ਆ ਕੇ ਕੰਪੈਰੀਬਲ ਕੈਨੇਡਾ ਜੋ ਕੈਨੇਡਾ ਸਟੱਡੀ ਮੇਂ ਉਹ ਬੈਚਲਰ ਆਏ ਜਾਂ ਹਾਇਰ ਜਾਂ ਮਾਸਟਰ, ਤੋ ਆਪ ਐਲੀਜੀਬਲ ਹੋ ਇਸ ਡਰਾ ਕੇ ਲਈ। ਤੋ ਇਹ ਹੈ, ਆਪਣੇ ਪਾਸ 45 ਡੇਜ਼ ਮੇਂ ਆਪਣੇ ਆਪਣੀ ਐਪਲੀਕੇਸ਼ਨ ਸਬਮਿਟ ਕਰਨੀ ਹੈ ਅੰਟੋਰੀਓ ਪ੍ਰੋਵਿੰਸ ਨੋਮੀਨੇਟ ਪ੍ਰੋਗਰਾਮਸ ਕੇ ਲਈ। ਤੋ ਆਪਣੇ ਪਾਸ 45 ਡੇਜ਼ ਹੀ ਹੈ, ਜਿਸਮੇਂ ਆਪਣੇ ਇਹ ਜੋ ਆਏ ਇਨਵੀਟੇਸ਼ਨਸ, ਉਸਮੇਂ ਆਪਣੀ ਐਪਲੀਕੇਸ਼ਨ ਸਬਮਿਟ ਕਰਨੀ ਹੈ। ਅਗਰ ਆਪਕੋ ਇਹ ਮੇਰਾ ਵੀਡੀਓ ਅੱਛਾ ਲਗਾ ਹੋ,